ਸੋ ਮਾਰਨਿੰਗ ਸਭ ਤੋਂ ਪਹਿਲਾਂ ਉੱਠ ਕੇ ਅਸੀਂ ਕੀ ਇਨਟੇਕ ਕਰਦੇ ਆ ਪਾਣੀ ਚਾਹ ਜਾਂ ਕੌਫੀ ਜੇ ਅਸੀਂ ਚਾਹ ਜਾਂ ਕੌਫੀ ਸਸ਼ੀ ਗਾਂਜ ਸਾਨਨੰਦਵਾ ਐਡਮਰੀ ਆਇਦ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੁਝ ਅਜਿਹੇ ਡੇਲੀ ਰੂਟੀਨਸ ਦੇ ਬਾਰੇ ਜਿਹੜੀਆਂ ਅਸੀਂ ਚੰਗੀਆਂ ਹਾਜ਼ਰਤਾ ਆਪਣੀ ਲਾਈਫ ਦੇ ਵਿੱਚ ਅਪਲਾਈ ਕਰਾਂਗੇ ਤੇ ਅਸੀਂ ਦੂਜਿਆਂ ਨੂੰ ਵੀ ਸੁਜੈਸਟ ਕਰ ਪਾਵਾਂਗੇ ਸੋ ਚਲੋ ਗੱਲ ਕਰਦੇ ਆ ਜੀ ਆਪਣੀ ਫਰਸਟ ਡੇਲੀ ਰੁਟੀਨ ਦੇ ਬਾਰੇ ਸੋ ਸਾਡੀ ਡੇਲੀ ਰੁਟੀਨ ਦਾ ਫਰਸਟ ਪੁਆਇੰਟ ਹੈ ਜੀ ਨਾਈਨ ਗਲਾਸ ਆਫ ਵਾਟਰ ਨੋ ਗਲਾਸ ਪਾਣੀ ਦੇ ਸਾਨੂੰ ਹਮੇਸ਼ਾ ਪੀਣੇ ਚਾਹੀਦੇ ਆ ਹਰ ਦਿਨ ਦੇ ਵਿੱਚ ਸਾਡੇ ਪੂਰੇ ਦਿਨ ਦੇ ਵਿੱਚ ਜੇ ਅਸੀਂ ਨਾਈਨ ਗਲਾਸ ਆਫ ਵਾਟਰ ਇਨਟੇਕ ਕਰਾਂਗੇ ਤਾਂ ਸਾਡੀ ਜਿਹੜੀ ਸਕਿਨ ਦੀ ਕੁਆਲਿਟੀ ਆ ਉਹ ਵੀ ਵਧੀਆ ਹੋਏਗੀ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਆ ਉਹ ਵੀ ਇੱਕਦਮ ਵਧੀਆ ਹੋ ਜਾਏਗਾ ਪਰਫੈਕਟ ਹੋ ਜਾਏਗਾ ਕਦੀ ਵੀ ਸਾਡੇ ਫੇਸ ਦੇ ਉੱਤੇ ਸਾਡੇ ਪਿੰਪਲਸ ਨਹੀਂ ਆਉਣਗੇ ਸੋ ਮਾਰਨਿੰਗ ਸਭ ਤੋਂ ਪਹਿਲਾਂ ਉੱਠ ਕੇ ਅਸੀਂ ਕੀ ਇਨਟੇਕ ਕਰਨੇ ਆ ਪਾਣੀ ਚਾਹ ਜਾਂ ਕਾਫੀ ਜੇ ਅਸੀਂ ਚਾਹ ਜਾਂ ਕਾਫੀ ਇਨਟੇਕ ਕਰਦੇ ਆ ਤਾਂ ਬਹੁਤ ਗਲਤ ਗੱਲ ਹੈ ਯਾਰ ਸਾਨੂੰ ਸਵੇਰੇ ਉੱਠੇ ਦੇ ਸਾਰ ਹੀ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਪੀਣਾ ਚਾਹੀਦਾ ਵਾ ਸੋ ਸਾਡੀ ਡੇਲੀ ਰੁਟੀਨ ਦੇ ਵਿੱਚ ਸਾਨੂੰ ਇੱਕ ਕੰਮ ਕਰਨਾ ਚਾਹੀਦਾ ਵਾ ਅਸੀਂ ਜਦੋਂ ਵੀ ਸਵੇਰੇ ਉੱਠਦੇ ਆ ਤਾਂ ਸਾਨੂੰ ਵਨ ਗਲਾਸ ਆਫ ਵਾਟਰ ਇਨਟੇਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਾ ਤੇ ਜਿਹੜੀ ਸਾਡੀ ਡੇਲੀ ਦੀ ਰੁਟੀਨ ਹੈਗੀ ਉਹਦੇ ਵਿੱਚ 9 ਗਲਾਸ ਆਫ ਵਾਟਰ ਇਨ a ਡੇ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਾਨੂੰ ਇਹ ਵਾਲੀ ਹੈਬਿਟ ਨੂੰ ਆਪਣੀ ਲਾਈਫ ਦੇ ਵਿੱਚ ਅਡਾਪਟ ਕਰਨਾ ਚਾਹੀਦਾ ਵਾ ਸੋ ਸਾਨੂੰ ਆਪਣੀ ਲਾਈਫ ਦੇ ਵਿੱਚ ਘੱਟ ਤੋਂ ਘੱਟ ਡੇਲੀ 8 ਘੰਟੇ ਦੀ ਰਾਤ ਨੂੰ ਨੀਂਦ ਲੈਣੀ ਚਾਹੀਦੀ ਆ 8 ਘੰਟੇ ਸਾਨੂੰ ਸੋਣਾ ਚਾਹੀਦਾ ਵਾ ਸਾਡਾ ਜਿਹੜਾ ਮਾਈਂਡ ਆ ਉਹਦੇ ਨਾਲ ਇੱਕਦਮ ਰਿਲੈਕਸ ਹੋ ਜਾਂਦਾ ਵਾ ਸਾਡੀ ਜਿਹੜੀ ਪੂਰੀ ਬੋਡੀ ਆ ਉਹਨੂੰ ਇੱਕਦਮ ਰਿਲੈਕਸ ਮਿਲਦਾ ਵਾ ਸਾਡੀ ਜਿਹੜੀ ਬੋਡੀ ਆ ਉਹ ਫੇਰ ਕੰਮ ਕਰਨ ਦੀ ਹਾਲਤ ਦੇ ਵਿੱਚ ਆ ਜਾਂਦੀ ਹੈ ਜੇ ਅਸੀਂ 8 ਘੰਟੇ ਘੱਟ ਤੋਂ ਘੱਟ ਸੋਨੇ ਆ ਇਸ ਦੇ ਨਾਲ ਹੀ ਜਿਹੜਾ ਸਾਡਾ ਅਗਲਾ ਪੁਆਇੰਟ ਆ ਉਹ ਇਹ ਆ ਜੀ ਸਾਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਘੱਟ ਤੋਂ ਘੱਟ ਹਾਫ ਆਵਰ ਪਹਿਲਾਂ ਸਾਨੂੰ ਜਿਹੜਾ ਆਪਣਾ ਮੋਬਾਈਲ ਆ ਉਹਨੂੰ ਸਵਿਚ ਆਫ ਕਰਕੇ ਸਾਈਡ ਤੇ ਰੱਖ ਦੇਣਾ ਚਾਹੀਦਾ ਸਾਡਾ ਜਿਹੜਾ ਚੈਨਲ ਆ ਉਹ ਬੇਸਿਕਲੀ ਹੈਗਾ ਵਾ ਫੈਸ਼ਨ ਐਂਡ ਗਰੂਮਿੰਗ ਦੇ ਨਾਲ ਰਿਲੇਟਿਡ ਸੋ ਦੈਟਸ ਵਾਈ ਅਸੀਂ ਇਸ ਤਰ੍ਹਾਂ ਦੀਆਂ ਡੇਲੀ ਰੂਟੀਨਸ ਦੇ ਨਾਲ ਰੀਲੇਟਿਡ ਵੀਡੀਓਜ਼ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਨੇ ਆਪਣੇ YouTube ਚੈਨਲ ਦੇ ਉੱਤੇ ਸੋ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much